ਜਲੰਧਰ ਦੇ ਰਾਜਾ ਗਾਰਡਨ VIP ਕਲੋਨੀ ਦੇ ਵਿੱਚ ਘਰ ਦੇ ਅੰਦਰ ਹੀ ਬਣੇ ਖਿਡੌਣੇ ਦੇ ਗੋਦਾਮ ਵਿੱਚ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਨਸ਼ਾਈਨ ਗਿਫਟ ਸੈਂਟਰ ਦੇ ਮਾਲਕ ਲਵਕੇਸ਼ ਖੰਨਾ ਦੇ ਗੋਦਾਮ ਵਿੱਚ ਅੱਗ ਲੱਗੀ ਹੈ ਅਤੇ ਕਰੀਬ 40 ਲੱਖ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਦੱਸਿਆ ਜਾ ਰਿਹਾ। ਹੁਣ ਤੱਕ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਪਹੁੰਚ ਚੁੱਕੀਆਂ ਹਨ। ਸਵੇਰੇ ਸਵੇਰੇ ਜਿੱਦਾਂ ਮੁੰਡੇ ਕੰਮ ਕਰ ਰਹੇ ਇੱਧਰ, ਅਚਾਨਕ ਇੱਕ ਮੁੰਡਾ ਉੱਧਰ ਗਿਆ ਤੇ ਉਹਨੇ ਦੇਖਿਆ ਕਿ ਅੱਗ ਲੱਗ ਗਈ ਆ ਤੇ ਆਪਾਂ ਭੱਜ ਕੇ ਗਏ। ਉਨੀ ਦੇਰ 'ਚ ਅੱਗ ਬਹੁਤ ਫੈਲ ਗਈ ਸੀ, ਕੰਟਰੋਲ ਤੋਂ ਬਾਹਰ ਹੋ ਗਈ। ਅੱਛਾ, ਕਿੰਨਾ ਕੁ ਨੁਕਸਾਨ ਹੋ ਗਿਆ? ਜਿਹੜੇ ਅੱਗ ਲੱਗ ਗਿਆ ਫਾਇਰ ਬ੍ਰਿਗੇਡ ਆਈ ਆ ਮੁਕੇ ਕੋਲ, ਜਿਹੜਾ ਅੱਗ ਤੇ ਕਾਬੂ ਪੈ ਚੁੱਕਾ। ਜਲੰਧਰ ਤੋਂ ਵਰਿੰਦਰ ਰਾਜਪੂਤ, TVA ਪੰਜਾਬ, TV।